ਸਤਿਕਾਰ ਜੀ ਕਿੱਥੋਂ ਆਏ ਤੁਸੀਂ ਮੈਂ ਕੀਰਤਪੁਰ ਸਾਹਿਬ ਤੋਂ ਆਇਆ ਜੀ ਕੀਰਤਪੁਰ ਸਾਹਿਬ ਤੋਂ ਅਤੇ ਤੁਹਾਨੂੰ ਕੀ ਪ੍ਰੋਬਲਮ ਸੀ ਆਉਣ ਤੋਂ ਪਹਿਲਾਂ ਮੇਰੀ ਪੀ ਜੀ ਆਈ ਜੀਓਗ੍ਰਾਫੀ ਹੋਈ ਸੀ ਜੀ ਅੱਛਾ ਅਤੇ ਕਿੰਨੀ ਬਲੋਕੇਜ ਆਈ ਤੁਹਾਡੀ ਬਲੋਕ ਮੇਰੀ ਕਿੰਨੀ ਦੌੜਾ ਬਲੋਕ ਹੋਈ ਜੀ ਕਿੰਨੀਆਂ ਕਿੰਨੀਆਂ 90% ਜੀ ਇੱਕ 99 ਵੀ ਮੈਂ ਸ਼ਾਇਦ ਦੇਖਿਆ ਉੱਥੇ ਹੈਗੀ ਹੈ ਤੁਸੀਂ ਹਾਂਜੀ ਅਤੇ ਫਿਰ ਉਹਨਾਂ ਨੇ ਪੀ ਜੀ ਆਈ ਤੁਹਾਨੂੰ ਕੀ ਕਿਹਾ ਕਰਨ ਲਈ ਨਹੀਂ ਮੈਨੂੰ ਬਾਈਪਾਸ ਸਰਜਰੀ ਪਿਆ ਜੀ ਠੀਕ ਹੈ ਹਾਂਜੀ ਫਿਰ ਤੁਸੀਂ ਬਾਈਪਾਸ ਕਰਾਈ ਨਹੀਂ ਫਿਰ ਨਹੀਂ ਜੀ ਮੈਂ ਕਰਾਈ ਨਹੀਂ ਜੀ ਫਿਰ ਤੁਸੀਂ ਇੱਥੇ ਲੁਧਿਆਣੇ ਕਦੋਂ ਆ ਗਏ ਤੁਸੀਂ ਮੈਨੂੰ ਪਤਾ ਲੱਗਿਆ ਜੀ ਨਾ ਡਾਕਟਰ ਸਾਹਿਬ ਬਾਰੇ ਜੀ ਅੱਛਾ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਸੀ ਜਦੋਂ ਤੁਹਾਨੂੰ ਇੰਨੀ ਬਲੋਕੇਜ ਸੀ ਉਦੋਂ ਤੁਸੀਂ ਤੁਰਨ ਫਿਰਨ ਨੂੰ ਜਾਂ ਹੋਰ ਤੁਹਾਨੂੰ ਸਾਹ ਚੜ੍ਹਦਾ ਸੀ ਜਾਂ ਕਿਹੜੀ ਪ੍ਰੋਬਲਮ ਸੀ ਮੈਂ ਜੀ ਜਦ ਥੋੜ੍ਹਾ ਜਿਹਾ ਵੀ ਤੁਰਦਾ ਤਾ ਜੀ ਮੈਨੂੰ ਸਾਹ ਚੜ੍ਹਦਾ ਤਾ ਅਤੇ ਹੁਣ ਤੁਸੀਂ ਜਦੋਂ ਇਲਾਜ ਕਰਾਇਆ ਏ ਸੀ ਟੀ ਕਰਾਈ ਜਦੋਂ ਹਾਂਜੀ ਇਸ ਤੋਂ ਬਾਅਦ ਤੁਸੀਂ ਹੁਣ ਕਿੱਦਾਂ ਮਹਿਸੂਸ ਕਰਦੇ ਹੋ ਮਾਰਿਆਂ ਨੂੰ ਕਹਿੰਦੇ ਠੀਕ ਹੈ ਜੀ ਬਿਲਕੁਲ ਸਹੀ ਹੈ ਪਹਿਲੇ ਨਾਲੋਂ ਜੀ ਪਹਿਲਾਂ ਮੈਨੂੰ ਤਾਂ ਸਾਹ ਚੜ੍ਹਦਾ ਤਾ ਜੀ ਇੱਕ ਬਹੁਤ ਤੁਰ ਫਿਰਨ 'ਚ ਹੁਣ ਮੈਂ ਬਿਲਕੁਲ ਸਹੀ ਹੈ ਤੁਰਦਾ ਫਿਰਦਾ ਜੀ ਸੈਰ ਕਰਦਾ ਜੀ ਸੁਰੇਤ ਤੁਹਾਡੀ ਬੜੀ ਵੱਡੀ ਪ੍ਰਾਪਤੀ ਹੈ ਕਿ ਤੁਹਾਡੀਆਂ ਦਵਾਈਆਂ ਘੱਟ ਗਈਆਂ ਹਾਂਜੀ ਹਾਂਜੀ ਬਹੁਤ ਅੱਛੀ ਗੱਲ ਹੈ ਤਾਂ ਮੈਂ ਬਿਲਕੁਲ ਠੀਕ ਹੈ ਜੀ ਕਰਦਾ ਤੁਰਦੇ ਹੋ ਕੋਈ ਸਾਰੀ ਛੱਡਦਾ ਹਾਂਜੀ ਪੌੜੀਆਂ ਛੱਡ ਲੈਂਦੇ ਹੋ ਹਾਂਜੀ ਹਾਂਜੀ ਕਿਹੜੇ ਮਹਿਕਮੇ 'ਚ ਕੰਮ ਕਰਦੇ ਹੋ ਮੈਂ ਪੰਜਾਬ ਇਰੀਗੇਸ਼ਨ 'ਚ ਕੰਮ ਕਰਦਾ ਜੀ ਬਹੁਤ ਅੱਛਾ ਜੀ ਫਿਰ ਤਾਂ ਤੁਸੀਂ ਹੁਣ ਬਿਲਕੁਲ ਠੀਕ ਮਹਿਸੂਸ ਕਰਦੇ ਹੋ ਹਾਂਜੀ ਹਾਂਜੀ ਔਰ ਜਿਹੜਾ ਬਾਈਪਾਸ ਦਾ ਫੈਸ਼ਨ ਚੱਲਿਆ ਉਹ ਤੋਂ ਬਚ ਗਏ ਤੁਸੀਂ ਹੈ ਹਾਂਜੀ 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 ਬਹੁਤ ਵਧੀਆ ਹੋ ਗਿਆ ਜੀ ਡਾਕਟਰ ਸਾਹਿਬ ਵੀ ਬੜੀ ਮਿਹਰਬਾਨੀ ਬਚ ਗਏ ਬਾਈਪਾਸ ਤੋਂ ਤੁਸੀਂ ਹੋਰ ਲੋਕਾਂ ਨੂੰ ਜਾਂ ਹੋਰ ਮਰੀਜ਼ਾਂ ਨੂੰ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਈ ਜਾਂ ਕੋਈ ਬਾਈਪਾਸ ਨਾ ਕਰਾਏ ਇਹਨਾਂ ਡਾਕਟਰ ਸਾਹਿਬ ਤੇ ਆ ਕੇ ਇੱਥੇ ਆਪਣਾ ਇਲਾਜ ਕਰਾ ਲਓ ਠੀਕ ਹੈ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸੋਹਣੀ ਗੱਲਾਂ ਕੀਤੀਆਂ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਤੰਦਰੁਸਤੀ ਬਖਸ਼ੇ ਔਰ ਤੁਹਾਡੇ ਹਾਰਟ ਨੂੰ ਹੋਰ ਵੀ ਤਾਕਤ ਬਖਸ਼ੇ ਥੈਂਕ ਯੂ ਜੀ ਠੀਕ ਠੀਕ